ਅੱਜ ਤੁਹਾਡੇ ਨਾਲ ਮੈਂ ਕੁਝ ਪੰਜਾਬੀ ਸ਼ੇਅਰ ਆਪਣੇ ਜਿਹੜੇ ਮੈਨੂੰ ਯਾਦ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ। ਪਹਿਲੇ ਪੰਜਾਬੀ ਦੀ ਇੱਕ ਗਜ਼ਲ ਹੈਗੀ ਹੈ। ਆਪਣਾ ਆਪ ਗਵਾ ਬੈਠਾ ਵਾਂ, ਕੋਲੋਂ ਧੋਖਾ ਖਾ ਬੈਠਾ ਵਾਂ। ਆਪਣਾ ਆਪ ਗਵਾ ਬੈਠਾ ਵਾਂ, ਕੋਲੋਂ ਧੋਖਾ ਖਾ ਬੈਠਾ ਵਾਂ। ਹੰਝੂ ਅੱਖਦੇ ਸੁੱਕਦੇ ਨਹੀਂ, ਡਾਢੀ ਸੱਟ ਲਵਾ ਬੈਠਾ ਵਾਂ। ਇਹ ਕੋਈ ਭੇਤੀ ਕਰਦਾ ਸੀ, ਇਹ ਕੋਈ ਭੇਤੀ ਕਰਦਾ ਸੀ, ਹੋ ਕੇ ਅੱਜ ਤਬਾਹ ਬੈਠਾ ਵਾਂ। ਔਰ ਸੱਚੀ ਗੱਲ ਨੂੰ ਮੰਨਦੀ ਨਹੀਂ, ਸੱਚੀ ਗੱਲ ਨੂੰ ਮੰਨਦੀ ਨਹੀਂ, ਸ਼ੱਕ ਦਾ ਫੰਦਾ ਪਾ ਬੈਠਾ ਵਾਂ, ਆਪਣਾ ਆਪ ਗਵਾ ਬੈਠਾ ਵਾਂ। ਪੰਜਾਬੀ ਦਾ ਇੱਕ ਹੋਰ ਸ਼ੇਅਰ ਯਾਦ ਆ ਰਿਹਾ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵਾਂ ਕਿ ਸੱਚੀ ਗੱਲ ਨੂੰ ਮੰਨਦਾ ਨਹੀਂ, ਸੱਚੀ ਗੱਲ ਨੂੰ ਮੰਨਦਾ ਨਹੀਂ, ਯਾਰ ਦਾ ਬੂਹਾ ਪੰਦਾ ਨਹੀਂ। ਸੱਚੀ ਗੱਲ ਨੂੰ ਮੰਨਦਾ ਨਹੀਂ, ਯਾਰ ਦਾ ਬੂਹਾ ਪੰਦਾ ਨਹੀਂ। ਰੱਬ ਨੇ ਇਸ਼ਕ ਲਿਬਾਸ ਬਣਾਇਆ ਜਿਹੜਾ ਮੇਰੇ ਤਨ ਦਾ ਨਹੀਂ, ਰੱਬ ਨੇ ਇਸ਼ਕ ਲਿਬਾਸ ਬਣਾਇਆ ਜਿਹੜਾ ਮੇਰੇ ਤਨ ਦਾ ਨਹੀਂ। ਔਰ ਵਿੱਚੋਂ ਵਿੱਚ ਹੀ ਖੁਰਦਾ ਜਾਵੇ, ਮੂੰਹ 'ਤੇ ਆ ਕੇ ਮੰਨਦਾ ਨਹੀਂ। ਔਰ ਜਿਹਦੇ ਪਿੱਛੇ ਉਮਰ ਗਵਾਈ, ਜਿਹਦੇ ਪਿੱਛੇ ਉਮਰ ਗਵਾਈ, ਉੱਥੇ ਮੇਰਾ ਬਣਦਾ ਨਹੀਂ। ਅਤੇ ਦੋ ਤਿੰਨ ਸ਼ੇਰ ਹੋਰ ਨੇ ਅਤੇ ਫਿਰ ਤੁਹਾਡੇ ਕੋਲ ਇਜਾਜ਼ਤ ਲਵਾਂਗਾ ਕਿ ਮੇਰੇ ਲੂਲੂ ਦੇ ਵਿੱਚ ਚੀਕਾਂ ਨੇ, ਮੇਰੇ ਲੂਲੂ ਦੇ ਵਿੱਚ ਚੀਕਾਂ ਨੇ, ਮੈਨੂੰ ਤੇਰੀਆਂ ਯਾਰ ਉਡੀਕਾਂ ਨੇ। ਮੇਰੇ ਲੂਲੂ ਦੇ ਵਿੱਚ ਚੀਕਾਂ ਨੇ, ਮੈਨੂੰ ਤੇਰੀਆਂ ਯਾਰ ਉਡੀਕਾਂ ਨੇ। ਔਰ ਮੇਰੇ ਵੈਰੀ ਨਾ ਮੈਨੂੰ ਮਾਰ ਸਕੇ, ਮੇਰੇ ਵੈਰੀ ਨਾ ਮੈਨੂੰ ਮਾਰ ਸਕੇ, ਮੈਨੂੰ ਮਾਰਿਆ ਰਲ ਸ਼ਰੀਕਾਂ ਨੇ, ਮੈਨੂੰ ਮਾਰਿਆ ਰਲ ਸ਼ਰੀਕਾਂ ਨੇ। ਔਰ ਅੱਜ ਤੇ ਕਲਾਮ ਇੰਨਾ ਪੰਜਾਬੀ ਦਾ ਤੁਹਾਡੇ ਨਾਲ ਮੈਂ ਸ਼ੇਅਰ ਕਰ ਸਕਿਆ ਜਿਹੜਾ ਮੈਨੂੰ ਯਾਦ ਸੀ। ਇਨਸ਼ਾਅੱਲਾ ਇਹ ਸਿਲਸਿਲਾ ਜਾਰੀ ਰਹੇਗਾ। ਅੱਲਾ ਪਾਕ ਸਾਨੂੰ ਜ਼ਿੰਦਗੀ ਗੁਜ਼ਾਰਨੇ ਦਾ ਤਰੀਕਾ ਸਲੀਕਾ ਕਰੀਨਾ ਅਤਾ ਫਰਮਾਏ ਜੀ।